ਅੱਛਾ ਖੂਨ ਤਾਂ ਗਾੜਾ ਹੈ ਜੀ, ਅਜੀਤ ਨਾਲ ਰਿਸ਼ਤਾ ਕਿੰਨਾ ਗੂੜਾ ਹੈ ਜੀ? ਬਿਲਕੁਲ ਓਨਾ ਹੀ ਗੂੜਾ ਹੈ ਜਿੰਨਾ ਕਿ ਬੜੇ ਭਰਾ ਦੇ ਨਾਲ ਸਾਡਾ ਪਿਆਰ ਹੁੰਦਾ ਓਨਾ ਹੀ ਗੂੜਾ। ਪਰ ਇਹ ਖੂਨ ਸਿਆਸਤਦਾਨ ਦਾ ਜੀ, ਇੱਕ ਬੰਦਾ ਮੋਹਰੇ ਸਿਆਸੀ ਨਾ ਹੋ ਜਾਵੇ। ਸਾਡੇ ਸਤਿਕਾਰਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਜੀ ਦੇ ਜਨਮਦਿਨ ਦੇ ਉੱਤੇ ਖੂਨਦਾਨ ਕਰਨ ਦਾ ਉਪਰਾਲਾ ਕੀਤਾ। ਉਸ ਤੋਂ ਪਹਿਲਾਂ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਤਰਵੈਣੀਆਂ ਲਗਾਈਆਂ। ਹਮਦਰਦ ਸਾਹਿਬ ਦੀ ਇਹ ਗੱਲ ਕਰੀਏ, ਸਾਰੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਪਿਆਰ ਨਾਲ ਭਾਜੀ ਕਹਿੰਦੇ ਨੇ, ਅਤੇ ਜਿਹੜੀ ਫੁਲਵਾੜੀ ਉਹਨਾਂ ਦੀ, ਜਿਹੜਾ ਗੁਲਦਸਤਾ ਹੈ ਉਹ 'ਚ ਜਿੰਨੇ ਵੀ ਫੁੱਲ ਨੇ ਉਹਨਾਂ ਨੂੰ ਬੜੇ ਕਹਿੰਦੇ ਪਿਆਰ ਨਾਲ ਰੱਖਦੇ ਹੋ, ਕੀ ਗੱਲ ਸੱਚ ਹੈ ਜੀ? ਬਹੁਤ ਬਹੁਤ ਪਿਆਰ ਦੇ ਵਿੱਚ ਸਤਵੀਰ ਸਿੰਘ ਪੱਲੀ ਚੱਕੀ ਜੀ, ਜਿਹੜੇ ਇਲਾਕੇ ਦੀ ਮਹਾਨ ਸ਼ਖਸੀਅਤ ਹਨ, ਉਹਨਾਂ ਨੇ 5100 ਰੁਪਈਆ ਉਸ 'ਚ ਪਾਇਆ ਹੈ, ਔਰ ਦੂਸਰੇ ਸੱਜਣ ਸੁਰਿੰਦਰ ਕੁਮਾਰ ਜੀ ਨੇ 500 ਰੁਪਈਆ ਦਿੱਤਾ ਹੈ। ਸੁਰਿੰਦਰ ਕਰਮ ਜੀ ਨੇ 500 ਰੁਪਈਆ ਦਿੱਤਾ ਹੈ। BDC ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ। ਔਰ ਇਹ ਜਿਹੜੇ ਪੈਸੇ ਹੈ ਨਾ, ਇਹਦੇ 'ਤੇ ਵਾਸਤੇ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਹੁੰਦਾ, ਕੁਛ ਨਹੀਂ ਚਾਹੀਦਾ ਹੁੰਦਾ, ਸਿਰਫ ਅਸੀਂ ਵਿਅਕਤੀ ਦੀ ਸ਼ਕਲ ਦੇਖਦੇ ਹਾਂ ਕਿ ਉਹਦੀ ਸ਼ਕਲ ਦੱਸਦੀ ਹੈ ਕਿ ਗਰੀਬੀ ਹੈ। ਬਿਲਕੁਲ 1100 ਮੇਰਾ ਵੀ ਲਿਖ ਲਓ। ਧੰਨਵਾਦ, ਬਹੁਤ 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 ਬਹੁਤ, ਅਸੀਂ ਚੈਨਲ ਦਾ ਵੀ ਬਹੁਤ ਧੰਨਵਾਦ। ਅਸੀਂ ਬਚਪਨ ਤੋਂ ਇਹਨਾਂ ਦੀ ਰਚਨਾਵਾਂ ਪੜ੍ਹਦੇ ਆ ਰਹੇ, ਨੂਰਪੁਰ ਸਾਹਿਬ ਦੀਆਂ, ਹੋਰ ਵੀ ਜਿਹੜੇ ਸੀਨੀਅਰ ਪੱਤਰਕਾਰ ਇੱਥੇ ਮੌਜੂਦ ਨੇ, ਮਤਲਬ ਇੰਨਾ ਪਿਆਰ ਇੱਕ ਦੂਜੇ ਨਾਲ ਮੇਲ ਮਿਲਾਪ ਟੁੱਟੇ ਨਹੀਂ, ਜਦੋਂ ਜੁੜੇ ਆ ਟੁੱਟੇ ਨਹੀਂ ਆ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਹਾਂ, ਇਹ ਐਕਚੁਅਲੀ ਮੈਂ ਕਹਿੰਦਾ ਇਹ ਖੂਨ ਦੇ ਵਿੱਚ ਅਸਰ ਹੁੰਦਾ ਆ। ਜਦੋਂ ਆਦਮੀ ਜਿਹੜੇ ਆਪਣੇ ਵਿੱਤੀ ਜਿਹੜੇ ਹਿੱਤ ਆ ਨਾ, ਆਰਥਿਕ ਹਮਦਰਦ ਸਾਹਿਬ ਦਾ ਖੂਨ ਇੱਧਰ ਤਾਂ ਨਹੀਂ ਚੜ੍ਹ ਗਿਆ ਜੀ? ਉਹ ਭਾਜੀ ਬਰਜਿੰਦਰ ਸਿੰਘ ਹਮਦਰਦ ਦੇ ਨਾਲ ਹੀ ਭਾਜੀ ਸ਼ਬਦ ਲੱਗਿਆ ਮੇਰੇ ਖਿਆਲ ਆ, ਵੀ ਜਿੱਥੇ ਵੀ ਕਿਤੇ ਸੁਣਦੇ ਹਾਂ ਤਾਂ ਭਾਜੀ ਬਰਜਿੰਦਰ ਸਿੰਘ ਹਮਦਰਦ, ਉਹ ਜਿਹੜਾ ਸ਼ਬਦ ਹੈ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਪੰਜਾਬੀ ਪੱਤਰਕਾਰੀ ਦੇ ਵਿੱਚ, ਤਾਂ ਉਹ ਜਿਹੜੀ ਖਿੱਚ ਆ ਮੇਰਾ ਖਿਆਲ ਉਹਦੇ ਕਰਕੇ ਇਹ ਜਿਹੜੇ ਸਾਰਾ ਭਾਈਚਾਰਾ ਜੀ ਦੇ ਜਿੰਨੇ ਵੀ ਸਮੂਹ ਦੇ ਪੱਤਰਕਾਰ ਭਾ ਕਹਿੰਦੇ ਵੱਡੇ ਨੂੰ ਤਾਂ ਜੀ ਸਤਿਕਾਰ। ਬਿਲਕੁਲ, ਅੱਜ ਕੱਲ੍ਹ ਪੱਤਰਕਾਰੀ ਥੋੜ੍ਹੀ ਅਲੱਗ ਹੋ ਗਈ, ਥੋੜ੍ਹੀ ਫੈਸ਼ਨ ਹੋ ਗਈ, ਸਾਡੇ ਇੱਥੇ ਟੈਗ ਲੱਗਾ ਜਿੰਨੇ ਬਾਕੀ ਪੱਤਰਕਾਰ ਨੇ ਸਾਰਿਆਂ ਤੁਹਾਨੂੰ ਪੈੱਨ ਨਜ਼ਰ ਆਏਗਾ ਜੀ, ਇਹ ਹੁੰਦੀ ਲੇਖਕਾਂ ਦੀ ਨਿਸ਼ਾਨੀ। ਦੇਖੋ ਦੋ ਦੋ ਪੈੱਨ ਹੈ ਇਹਨਾਂ ਦੀ, ਤਾੜੀਆਂ ਵਾਦੀ, ਦੇਖੋ ਪੂਰਾ ਜੀਵਨ ਜਿਹੜਾ ਪੱਤਰਕਾਰੀ ਨੂੰ ਦੇ ਦਿੱਤਾ। ਇਸ ਬਹੁਤ ਕਰੋੜੀ ਦੁਨੀਆ 'ਚੋਂ ਵਿਰਲੇ ਹੀ ਲੋਕਾਂ ਦੇ ਦਿਲ ਵਿੱਚ ਅੱਡੇ ਹੁੰਦੇ ਨੇ, ਇਕੱਲੀ ਯਾਰੀ ਵੱਡੀ ਨਹੀਂ ਹੁੰਦੀ, ਸਗੋਂ ਯਾਰੀਆਂ ਨਿਭਾਉਣ ਵਾਲੇ ਯਾਰ ਵੱਡੇ ਹੁੰਦੇ ਨੇ, ਯਾਰ ਵੱਡੇ ਹੁੰਦੇ ਨੇ। ਸਤਿ ਸ਼੍ਰੀ ਅਕਾਲ, PB32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ। ਸਾਥੀਓ, ਅੱਜ ਅਜੀਤ ਅਖਬਾਰ ਦੇ ਬਾਨੀ ਬਹੁਤ ਪ੍ਰਤਿਭਾਸ਼ਾਲੀ ਸ਼ਖਸੀਅਤ, ਜਿਨ੍ਹਾਂ ਤੋਂ ਪੂਰਾ ਪੰਜਾਬ ਜਾਣੂ ਹੈ, ਜਾਣੀ ਕਿ ਸਰਦਾਰ ਬਰਜਿੰਦਰ ਸਿੰਘ ਹਮਦਰਦ, ਅੱਜ ਉਹਨਾਂ ਦਾ ਜਨਮ ਦਿਹਾੜਾ ਹੈ, ਅਤੇ ਅੱਜ ਕਹਿ ਲਈਏ ਕਿ ਜਿੰਨੇ ਅਜੀਤ ਅਖਬਾਰ ਦੇ ਪੱਤਰਕਾਰ ਹਨ ਸਾਰਿਆਂ ਨੂੰ ਚਾਅ ਚੜ੍ਹਿਆ ਹੋਇਆ। ਅਤੇ ਜੇ ਨਵਾਂ ਸ਼ਹਿਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਨੂਰਪੁਰ ਅਤੇ ਉਹਨਾਂ ਦੇ ਜਿੰਨੇ ਹੋਰ ਪੱਤਰਕਾਰ ਸਾਥੀ ਨੇ, ਸਾਰਿਆਂ ਵੱਲੋਂ BDC ਕੰਪਲੈਕਸ, ਬਲੱਡ ਡੋਨਰ ਕੰਪਲੈਕਸ ਰਾਹੋਂ ਰੋਡ ਵਿਖੇ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਉਚੇਚੇ ਤੌਰ 'ਤੇ ਇਲਾਕੇ ਦੀ ਮਾਣਮੱਤੀ ਸ਼ਖਸੀਅਤ ਕਾਂਗਰਸੀ ਲੀਡਰ ਸਤਵੀਰ ਪੱਲੀ ਝਿੱਕੀ ਪਹੁੰਚੇ। ਇੱਕੋ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਕਿ ਇਸ ਖੁਸ਼ੀ ਭਰੇ ਮਾਹੌਲ ਵਿੱਚ ਸਾਰੇ ਸੱਜਣਾਂ ਦਾ ਕੀ ਕਹਿਣਾ ਹੈ? ਸਾਰੇ ਪੱਤਰਕਾਰਾਂ ਵੱਲੋਂ ਖੂਨਦਾਨ ਕੈਂਪ ਬਲੱਡ ਡੋਨਰ ਕੌਂਸਲ ਵੱਲੋਂ ਚਲਾਏ ਜਾ ਰਹੇ ਬਲੱਡ ਸੈਂਟਰ ਦੇ ਵਿੱਚ ਲਗਾਇਆ ਜਾ ਰਿਹਾ ਹੈ। ਆਪਣੇ ਸਤਿਕਾਰਤ ਪਿਆਰਯੋਗ ਸੱਜਣਾਂ ਦੀ ਜਨਮ ਦਿਨ ਦੇ ਉੱਤੇ, ਵੈਡਿੰਗ ਡੇ ਦੇ ਉੱਤੇ ਖੂਨਦਾਨ ਦਾ ਕੈਂਪ ਲਗਾ ਕੇ ਇਸ ਪਵਿੱਤਰ ਦਿਨ ਨੂੰ ਸੈਲੀਬ੍ਰੇਟ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ। ਜਿਹੜਾ ਖੂਨ
ਅਜੀਤ ਪੱਤਰਕਾਰਾਂ ਨੇ ਅੱਜ ਇੱਥੇ ਦਿੱਤਾ ਹੈ। ਇਹ ਖੂਨ ਸਿਵਲ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੀ ਬੁੱਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਦੇ ਵਿੱਚ ਮਦਦ ਕਰੇਗਾ। ਇਹ ਕੈਂਪ ਜੋ ਹੈ ਲੋਕਾਂ ਨੂੰ ਪ੍ਰੇਰਿਤ ਕਰੂਗਾ ਕਿ ਡਾਕਟਰ ਬਰਜਿੰਦਰ ਸਿੰਘ ਜੀ ਹਮਦਰਦ ਦੀ ਜਨਮ ਦਿਹਾੜੇ ਦੇ ਉੱਤੇ ਜੇ ਅਜੀਤ ਵਾਲੇ ਖੂਨਦਾਨ ਕੈਂਪ ਲਗਾ ਸਕਦੇ ਹੈ ਤਾਂ ਸਾਨੂੰ ਵੀ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣਾ ਚਾਹੀਦਾ ਵੈ। ਹਰ ਤੰਦਰੁਸਤ ਵਿਅਕਤੀ ਜਿਹਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਤੱਕ ਹੋਵੇ, ਜਿਸ ਦੇ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ, ਉਹਨਾਂ ਨੂੰ ਚਾਹੀਦਾ ਹੈ ਕਿ ਹਰ 3 ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨ। ਡਾਕਟਰ ਬਰਜਿੰਦਰ ਸਿੰਘ ਜੀ ਹਮਦਰਦ, ਲੌਂਗ ਲਿਵ, ਲੌਂਗ ਲਿਵ, ਲੌਂਗ ਲਿਵ, ਲੌਂਗ ਲਿਵ, ਲੌਂਗ ਲਿਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਪੱਲੀ ਚੱਕੀ ਜੀ ਨੂੰ ਬੇਨਤੀ ਕਰੂੰਗਾ ਕਿ ਇਸ ਮੁਬਾਰਕ ਮੌਕੇ 'ਤੇ ਚੰਦ ਸ਼ਬਦ ਆਪਣੇ ਮੁਖਾਰ ਬਿੰਦ ਤੋਂ ਸਾਰਿਆਂ ਦੇ ਨਾਲ ਸਾਂਝੇ ਕਰਨ। ਜੀ ਜੀ, ਮੈਂ ਪੱਲੀ ਚੱਕੀ ਜੀ ਤੱਕ ਪਹੁੰਚਦਾ ਜੀ। ਉਸ ਤੋਂ ਪਹਿਲਾਂ ਕਹਿਣਾ ਚਾਹੂੰਗਾ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਖੂਨਦਾਨ, ਮਹਾਦਾਨ, ਖੂਨਦਾਨ ਨਾਲ ਮਿਲਦਾ ਹੈ ਜੀਵਨਦਾਨ, ਇਸ ਤੋਂ ਵੱਡਾ ਪਰਉਪਕਾਰ ਕੋਈ ਨਹੀਂ ਹੈ। ਔਰ ਜਿਵੇਂ ਕਿਹਾ ਜਾਂਦਾ ਕਿ ਪਾਣੀ ਨੂੰ ਵੀ ਨਹੀਂ ਬਣਾਇਆ ਜਾ ਸਕਦਾ, ਉਸੇ ਤਰੀਕੇ ਖੂਨ ਨੂੰ ਵੀ ਨਹੀਂ ਬਣਾਇਆ ਜਾ ਸਕਦਾ, ਪਰ ਖੂਨ ਦੇ ਕੇ ਕਿਸੇ ਦੀ ਜਾਨ ਨੂੰ ਜ਼ਰੂਰ ਬਚਾਇਆ ਜਾ ਸਕਦਾ। ਔਰ ਗੱਲ ਯਾਰੀ ਦੀ ਕਰੀ, ਉਹ ਕਹਿੰਦੇ ਹੁੰਦੇ ਨਾ ਕਿ ਤੇਰੀ ਯਾਰੀ ਸੱਜਣਾ ਇਹੋ ਜਿਹੀ ਖੂਨ ਦਾ ਕਤਰਾ ਕਤਰਾ ਵਹਾ ਦੇਵਾਂਗੇ, ਪਰ ਇਹ ਕਹਿੰਦੇ ਕਿ ਖੂਨ ਕਿਸੇ ਹੋਰ ਨੂੰ ਵੀ ਚੜ੍ਹਾ ਦੇਵਾਂਗੇ। ਮਤਲਬ ਤੁਹਾਡੀ ਨਾੜ 'ਚ ਸੂਈ ਪਾ ਕੇ ਖੂਨ ਕੱਢਿਆ ਗਿਆ ਔਰ ਇਹ ਹੁਣ ਕਿਸੇ ਹੋਰ ਦੇ ਸਰੀਰ 'ਚ ਜਾ ਕੇ ਦੌੜਨਾ। ਅੱਜ ਦਾ ਜਿਹੜਾ ਦਿਨ ਹੈ ਉਹ ਬਹੁਤ ਹੀ ਵਧੀਆ ਦਿਨ ਹੈ, ਬਹੁਤ ਖੁਸ਼ੀ ਵਾਲਾ ਸਾਡੇ ਸਾਰਿਆਂ ਵਾਸਤੇ ਦਿਹਾੜਾ ਹੈ, ਕਿਉਂਕਿ ਜਿਹੜੀ ਅਜੀਤ ਅਖਬਾਰ ਹੈ ਉਹਦੇ ਬਾਨੀ ਸਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਦਾ ਜਨਮ ਦਿਨ ਹੈ ਔਰ ਇਹ ਅਖਬਾਰ ਦਾ ਤਾਲੁਕਾ ਜ਼ਿਲ੍ਹਾ ਨਵਾਂਸ਼ਹਿਰ ਨਾਲ ਹੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਬੱਦੀ ਮੱਟ ਵਾਲੀ, ਉਹ ਵੀ ਸਾਡੇ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਪੈਂਦਾ ਹੈ। ਸੋ ਸਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਨੂੰ ਲਗਾਓ ਵੀ ਬੜਾ ਹੈ ਇਸ ਜ਼ਿਲ੍ਹੇ ਨਾਲ। ਥੈਂਕ ਯੂ। ਅੱਛਾ, ਖੂਨ ਤਾਂ ਗਾੜਾ ਹੈ ਜੀ, ਹਾਂਜੀ, ਅਜੀਤ ਨਾਲ ਰਿਸ਼ਤਾ ਕਿੰਨਾ ਗੂੜਾ ਹੈ ਜੀ? ਬਿਲਕੁਲ ਉਨਾ ਹੀ ਗੂੜਾ ਹੈ ਜਿੰਨਾ ਕਿ ਬੜੇ ਭਰਾ ਦੇ ਨਾਲ ਸਾਡਾ ਪਿਆਰ ਹੁੰਦਾ, ਉਨਾ ਹੀ ਗੂੜਾ। ਅੱਛਾ, ਤੁਹਾਡੇ ਵਿਰੋਧੀ ਗੱਲ ਨਾ ਚੱਕਣ, ਇਸ ਦਾ ਪਹਿਲੇ ਕਿਸੀ ਕਾਂਗਰਸੀ ਅਜੀਤ ਵਾਲੇ ਇੱਕ ਆ? ਨਹੀਂ, ਬਿਲਕੁਲ ਪਰਸਨਲ ਰਿਲੇਸ਼ਨ ਹੈ ਕਿ ਇਹ ਕਾਂਗਰਸ ਵਾਲਾ ਹੀ ਕੋਈ ਗੱਲ ਨਹੀਂ ਇਹਦੇ 'ਚ, ਇਹ ਭਰਾਵਾਂ ਵਾਲੀ ਗੱਲ ਹੈ, ਸਾਡੇ ਵੱਡੇ ਭਰਾ ਆ ਜੀ, ਸਾੜੀ ਚਾਹੀਦੀ ਹੈ ਜੀ। ਔਰ ਸਵੇਰ ਤੋਂ ਕਹਿੰਦੇ ਇੱਥੇ ਮੌਜੂਦ ਨੇ, ਪੂਰੀ ਸ਼ਮੂਲੀਅਤ ਹੈ ਜੀ। ਬਿਲਕੁਲ ਜੀ, ਅਸੀਂ ਭਾਅ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ, ਉਹਨਾਂ ਦੀ ਸਾਡੇ ਉੱਤੇ ਬੜਾ ਵੱਡਾ ਆਸ਼ੀਰਵਾਦ ਹੈ ਔਰ ਜਿਹੜੀ ਪੰਜਾਬੀ ਨੂੰ, ਪੰਜਾਬੀ ਬੋਲੀ ਨੂੰ ਅਤੇ ਪੰਜਾਬੀਅਤ ਨੂੰ ਉਹਨਾਂ ਦੀ ਦੇਣ ਹੈ ਸਾਰੇ ਦੁਨੀਆ ਦੇ ਵਿੱਚ, ਉਹਨਾਂ ਨੂੰ ਉਹਦੇ ਬਾਰੇ ਪਤਾ ਲੋਕਾਂ ਨੂੰ ਕਿ ਉਹ ਕਿੱਡੀ ਵੱਡੀ ਹੈ ਔਰ ਉਹਨਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ, ਆਪਣੇ ਲੇਖਾਂ ਰਾਹੀਂ ਔਰ ਆਪਣੀ ਅਖਬਾਰ ਦੇ ਰਾਹੀਂ ਲੋਕਾਂ ਨੂੰ ਪੰਜਾਬੀ ਲਈ ਬਹੁਤ ਜ਼ਿਆਦਾ ਜਾਗਰੂਕ ਕੀਤਾ ਔਰ ਜਿੰਨੇ ਵੱਡੇ ਉਹ ਪੰਜਾਬੀਅਤ ਦੇ ਮਦਈ ਹੈ, ਉਹਨਾਂ ਦੇ ਫਾਦਰ ਸਾਹਿਬ ਸਾਧੂ ਸਿੰਘ ਹਮਦਰਦ, ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ। ਸੋ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ 'ਚ ਕਿ ਉਹਨਾਂ ਨੂੰ ਲੰਬੀ ਜ਼ਿੰਦਗੀ ਬਖਸ਼ਣ, ਤੰਦਰੁਸਤੀ ਬਖਸ਼ਣ ਔਰ ਇਸੇ ਤਰ੍ਹਾਂ ਉਹ ਪੰਜਾਬੀਅਤ ਦੀ ਸੇਵਾ ਕਰਦੇ ਨੇ ਜੀ। ਉਹਨਾਂ ਦੇ ਜਿਹੜੇ ਆਰਟੀਕਲਸ ਨੇ ਉਹ ਤੋਂ ਉਹਨਾਂ ਦੀ ਸੰਜੀਦਗੀ ਦਾ ਪਤਾ ਵੀ ਲੱਗਦਾ ਜੀ। ਬਿਲਕੁਲ ਜੀ, ਬਿਲਕੁਲ, ਉਹ ਬੜੇ ਡੂੰਘੇ ਪੱਤਰਕਾਰ ਹੈ, ਬੜੇ ਡੂੰਘੇ ਰਾਈਟਰ ਹੈ, ਬੜੇ ਡੂੰਘੇ ਪੋਇਟ ਹੈ ਔਰ ਕਵਿਤਾਵਾਂ ਉਹਨਾਂ ਦੀਆਂ ਬਹੁਤ ਡੂੰਘੀਆਂ ਔਰ ਉਹਨਾਂ ਦੇ ਕਲਾਮ ਬਹੁਤ ਅੱਛੇ ਹੈ ਔਰ ਜਿੱਥੇ ਉਹ ਲਿਖਦੇ ਆ ਉੱਥੇ
ਗਾਇਕ ਵੀ ਬਹੁਤ ਅੱਛੇ ਆ, ਬਹੁਤ ਮਲਟੀਪਲ ਸ਼ਖਸੀਅਤ ਹੈ। ਸੋ ਸਾਡਾ ਪਰਮਾਤਮਾ ਨੇ ਨਵਾਜਿਆ ਵੀ ਮਲਟੀਪਲ ਹੀ ਹੈ। ਹਾਂ, ਅਤੇ ਸਾਡਾ ਸਾਰਿਆਂ ਦਾ ਮਾਣ ਹੈ, ਵਾਹਿਗੁਰੂ ਤੰਦਰੁਸਤੀ। ਅਰੇ ਖੂਨ ਸਿਆਸਤਦਾਨ ਦਾ ਜੀ, ਇੱਕ ਬੰਦਾ ਮੂਹਰੇ ਸਿਆਸੀ ਨਾ ਹੋ ਜਾਵੇ, ਕੀ ਕਹੋਗੇ? ਦੇਖੋ, ਸਿਆਸਤਦਾਨ ਨੂੰ ਜੇ ਸਿਆਸੀ ਕਹਿ ਦਿਓ ਤਾਂ ਅੱਜ ਕੱਲ੍ਹ ਗਾਲ ਦੇ ਬਰਾਬਰ ਹੋ ਜਾਂਦਾ, ਅਤੇ ਇਸ ਕਰਕੇ। ਪਰ ਸਿਆਸਤਦਾਨ ਸਾਰੇ ਮਾੜੇ ਨਹੀਂ ਹੁੰਦੇ ਐਕਚੁਅਲੀ, ਆਪਣੇ ਆਪ ਨੂੰ ਜੇ ਤੁਸੀਂ ਚੰਗਾ ਕਹੋ ਉਹ ਵੀ ਚੰਗੀ ਗੱਲ ਨਹੀਂ, ਲੋਕਾਂ ਨੂੰ ਪਤਾ ਹੁੰਦਾ। ਨੂਰਪੁਰ ਸਾਹਿਬ ਨਾਲ ਗੱਲ ਕਰ ਲੈਂਦੇ ਜੀ, ਜ਼ਿਲ੍ਹਾ ਇੰਚਾਰਜ ਨੇ ਅਜੀਤ ਤੋਂ। ਇੱਧਰ ਤੋਂ ਮੈਂ ਗੱਲ ਕੀਤੀ ਸੀ ਖੂਨ ਚੜ੍ਹ ਕੇ, ਹੁਣ ਉਹ ਕਹਿੰਦੇ ਸਿਆਸਤਦਾਨ ਸਾਰੇ ਮਾੜੇ ਨਹੀਂ ਹੁੰਦੇ, ਪਰ ਕਵਿਤਾਵਾਂ ਤੁਸੀਂ ਵੀ ਲਿਖਦੇ ਆ, ਹੋਰ ਬੰਦਾ ਆਪਰੇਸ਼ਨ ਬੈੱਡ 'ਤੇ ਪਵੇ ਨਾਲੇ ਕੋਈ, ਪਹਿਲਾਂ ਮੇਰੀ ਖਬਰ ਸੁਣ ਲਓ ਜੀ। ਇਹ ਤਾਂ ਗੱਲ ਹੈ। ਦੇਖੋ ਜੀ, ਹਰ ਇੱਕ ਨੂੰ ਆਪਣਾ ਆਪਣਾ ਸ਼ੌਂਕ ਹੈ, ਹਰ ਇੱਕ ਨੂੰ ਆਪੋ ਆਪਣੀ ਰਚਨਾ ਦੇ ਨਾਲ ਪਿਆਰ ਹੈ। ਤੋ ਜਿਹੜਾ ਇਹ ਖੂਨਦਾਨ ਦੇ ਉਪਰਾਲਾ ਆ, ਇਹ ਵੱਡਾ ਉਪਰਾਲਾ ਆ, ਸਾਨੂੰ ਚਾਹੀਦਾ ਸਾਰਿਆਂ ਨੂੰ ਅਸੀਂ ਖੂਨਦਾਨ ਕਰੀਏ ਤਾਂ ਕਿ ਉਹਦੇ ਨਾਲ ਕੀਮਤੀ ਜਾਨਾਂ ਜਿਹੜੀਆਂ ਬਚ ਸਕਣ। ਤੋ ਇਸ ਕਰਕੇ ਅਸੀਂ ਅੱਜ ਸਾਡੇ ਸਤਿਕਾਰਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਜੀ ਦੇ ਜਨਮ ਦਿਨ ਦੇ ਉੱਤੇ ਖੂਨਦਾਨ ਕਰਨ ਦਾ ਉਪਰਾਲਾ ਕੀਤਾ। ਉਸ ਤੋਂ ਪਹਿਲਾਂ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਤਰਵਾਣੀਆਂ ਲਗਾਈਆਂ, ਅਤੇ ਉਹਦੀ ਅੱਜ ਸ਼ੁਰੂਆਤ ਕੀਤੀ ਹੈ ਸਾਰੇ ਹਲਕੇ ਦੇ ਵਿੱਚ, ਜਿੱਦਾਂ ਬਲਾਚੌਰ ਦੇ ਵਿੱਚ, ਬੰਗਾ ਦੇ ਵਿੱਚ, ਨਵਾਂ ਸ਼ਹਿਰ ਦੇ ਵਿੱਚ, ਇਸੇ ਤਰ੍ਹਾਂ ਵੱਖ ਵੱਖ ਕਸਬਿਆਂ ਦੇ ਵਿੱਚ ਸਾਰੇ ਪੱਤਰਕਾਰਾਂ ਨੇ ਇੱਕ ਇੱਕ ਤਰਵਾਣੀ ਉਹਨਾਂ ਦੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਲਗਾਈ ਹੈ। ਅੱਛਾ, ਹਮਦਰਦ ਸਾਹਿਬ ਦੀ ਇਹ ਗੱਲ ਕਰੀਏ, ਸਾਰੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਪਿਆਰ ਨਾਲ ਭਾਜੀ ਕਹਿੰਦੇ ਨੇ, ਅਤੇ ਜਿਹੜੀ ਫੁਲਵਾੜੀ ਉਹਨਾਂ ਦੀ, ਜਿਹੜਾ ਗੁਲਦਸਤਾ ਹੈ ਉਹ 'ਚ ਜਿੰਨੇ ਵੀ ਫੁੱਲ ਨੇ ਉਹਨਾਂ ਨੂੰ ਬੜੇ ਕਹਿੰਦੇ ਪਿਆਰ ਨਾਲ ਰੱਖਦੇ ਉਹ, ਕੀ ਗੱਲ ਸੱਚ ਹੈ ਜੀ? ਬਹੁਤ ਬਹੁਤ ਪਿਆਰ ਦਿੰਦੇ ਆ ਉਹ, ਉਹਨਾਂ ਦਾ ਜਿਹੜਾ ਪਿਆਰ ਆ ਉਹਨਾਂ ਦੇ ਪਿਆਰ ਸਦਕਾ ਹੀ ਜਿਹੜੇ ਅੱਜ ਸਾਰੇ ਪੱਤਰਕਾਰ ਹਾਜ਼ਰ ਆ ਔਰ ਉਹ ਖੂਨਦਾਨ ਕਰ ਰਹੇ ਨੇ। ਵੈਸੇ ਕਿਹਾ ਜਾਂਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਲੇਕਿਨ ਆਪਾਂ ਦੇਖੀਏ ਪ੍ਰਿੰਟ ਮੀਡੀਆ ਸਾਰਾ ਇੱਥੇ ਇਕੱਠਾ ਹੈ, ਔਰ ਜਿਹੜੇ ਅਜੀਤ ਅਖਬਾਰ ਦੇ ਬਾਨੀ ਨੇ ਬਰਜਿੰਦਰ ਸਿੰਘ ਹਮਦਰਦ ਸਾਹਿਬ, ਉਹਨਾਂ ਦੇ ਅੱਜ ਜਨਮਦਿਨ ਦੇ ਜਨਮ ਦਿਹਾੜੇ ਦੇ ਉੱਤੇ ਸਵੈ ਇੱਛੁਕ ਖੂਨਦਾਨ ਕੈਂਪ ਲਾਇਆ, ਤੁਸੀਂ ਇਹ ਸਮਝੋ ਕਿ ਉਹਨਾਂ ਦਾ ਕਿੰਨਾ ਸਤਿਕਾਰ ਔਰ ਕਿੰਨਾ ਪਿਆਰ ਔਰ ਇੱਕ ਪਰਿਵਾਰਕ ਮਾਹੌਲ ਹੈ। ਹਾਂਜੀ ਹਾਂਜੀ, ਇਸ ਇਹੀ ਉਹਨਾਂ ਦਾ ਪਿਆਰ ਹੈ। ਦੇਖੋ, ਹਰ ਜਿਹੜਾ ਉਹਨਾਂ ਦਾ ਪਿਆਰ ਦੇ ਸਦਕਾ ਹੀ ਸਾਰੇ ਪੱਤਰਕਾਰ ਇੱਥੇ ਇਕੱਠੇ ਹੁੰਦੇ ਆ, ਔਰ ਸਵੈਸ਼ਕ ਸਾਰੇ, ਕਿਸੇ ਨੂੰ ਕੋਈ ਮਜਬੂਰਾ ਨਹੀਂ ਕੀਤਾ ਗਿਆ, ਸਾਰੇ ਆਪਣੀ ਰਾਜਾ ਦੇ ਨਾਲ ਹੀ ਖੂਨਦਾਨ ਕਰ ਰਹੇ ਨੇ। ਬਹੁਤ ਸ਼ੁਕਰੀਆ, ਬਾਕੀ ਨਾਲ ਵੀ ਗੱਲ ਕਰ ਲੈਂਦੇ ਜੀ। ਹੋਰ ਬੜੀ ਗੱਲ ਹੈ, ਖੂਨਦਾਨ ਦੇ ਨਾਲ ਨਾਲ BDC ਬਲੱਡ ਸੈਂਟਰ ਦੇ ਵਿੱਚ 13-13 ਦਾ ਇੱਕ ਫੰਡ ਸ਼ੁਰੂ ਕੀਤਾ ਗਿਆ। ਜਿਸ ਵਿਅਕਤੀ ਦੇ ਪੈਰਾਂ 'ਚ ਚੱਪਲ ਨਹੀਂ ਹੁੰਦੀ, ਜਿਹਦੇ ਸਰੀਰ 'ਤੇ ਪੂਰੇ ਕੱਪੜੇ ਨਹੀਂ ਹੁੰਦੇ, ਉਹ ਜਦੋਂ ਖੂਨ ਲੈਣ ਆਉਂਦਾ ਵੈ ਤਾਂ ਜਿਹੜੀ ਟੈਸਟਾਂ ਦੀ ਫੀਸ ਹੈਗੀ ਹੈ ਉਹਦੇ ਕੋਲ 1500 ਰੁਪਈਆ ਨਹੀਂ ਹੁੰਦਾ, ਅਤੇ 5-4 ਸੱਜਣਾਂ ਨੇ ਰਲ ਕੇ BDC ਦੇ ਤਤਵਾਧਾਨ ਥੱਲੇ 13-13 ਦਾ ਇੱਕ ਫੰਡ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਸ਼ੁਰੂ ਕੀਤਾ ਹੈ। ਅਤੇ ਅੱਜ ਬਰਜਿੰਦਰ ਸਿੰਘ ਜੀ ਹਮਦਰਦ ਜੀ ਦੇ ਜਨਮ ਦਿਹਾੜੇ ਦੇ ਉੱਤੇ BDC ਬਲੱਡ ਸੈਂਟਰ ਵਿੱਚ ਚਲਾਏ ਜਾ ਰਹੇ 13-13 ਫੰਡ ਦੇ ਵਿੱਚ ਸਤਵੀਰ ਸਿੰਘ ਪੱਲੀ ਚੱਕੀ ਜੀ, ਜਿਹੜੇ ਇਲਾਕੇ ਦੀ ਇੱਕ ਮਹਾਨ ਸ਼ਖਸੀਅਤ ਹਨ, ਉਹਨਾਂ ਨੇ 5100 ਰੁਪਈਆ ਉਸ 'ਚ ਪਾਇਆ ਹੈ, ਔਰ ਦੂਸਰੇ ਸੱਜਣ ਸੁਰਿੰਦਰ ਕੁਮਾਰ ਜੀ ਨੇ 500 ਰੁਪਈਆ ਦਿੱਤਾ ਹੈ। ਸੁਰਿੰਦਰ ਕਰਮ ਜੀ ਨੇ 500 ਰੁਪਈਆ ਦਿੱਤਾ ਹੈ। BDC ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ। ਔਰ ਇਹ ਜਿਹੜੇ ਪੈਸੇ ਹੈ ਨਾ ਜੀ, ਇਹਦੇ 'ਤੇ ਵਾਸਤੇ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਹੁੰਦਾ, ਕੁਛ ਨਹੀਂ ਚਾਹੀਦਾ ਹੁੰਦਾ, ਸਿਰਫ ਅਸੀਂ ਵਿਅਕਤੀ ਦੀ ਸ਼ਕਲ ਦੇਖਦੇ ਹਾਂ ਕਿ ਉਹਦੀ ਸ਼ਕਲ ਦੱਸਦੀ ਹੈ ਕਿ ਗਰੀਬੀ ਹੈ। ਬਿਲਕੁਲ, 1100 ਮੇਰਾ ਵੀ ਲਿਖ ਲਓ। ਧੰਨਵਾਦ, ਬਹੁਤ 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 ਬਹੁਤ, ਅਸੀਂ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਗੱਲ ਦਾ ਜਦੋਂ ਪਤਾ ਲੱਗਾ ਅਤੇ ਉਹਨਾਂ ਨੇ ਆਪਣੀ ਪਵਿੱਤਰ ਕਮਾਈ ਦੇ ਵਿੱਚੋਂ ਇਸ ਪਵਿੱਤਰ ਕਾਰਜ ਦੇ ਵਿੱਚ ਆਪਣਾ ਦਾਨ ਦਿੱਤਾ ਹੈ। ਔਰ ਇਹ ਜਿਹੜਾ ਯੋਗਦਾਨ ਹੈ
ਬਹੁਤ ਸਾਰੇ ਲੋਕਾਂ ਦੀ ਬੁੱਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਵਿੱਚ ਸਹਾਇਤਾ ਕਰੇਗਾ। ਪ੍ਰੋਫੈਸਰ ਜੇ ਐੱਸ ਗਿੱਧਾ ਜੀ ਨੂੰ ਬੇਨਤੀ ਹੈ ਕਿ ਆਏ ਹੋਏ ਸਾਰੇ ਸੱਜਣਾਂ ਦਾ, ਦੇਵੀਆਂ ਦਾ ਧੰਨਵਾਦ ਕਰੋ। ਹਾਂਜੀ, ਬਹੁਤ ਪਿੱਛੇ ਜਾ ਰਿਹਾ ਮਨ, ਜਿਸ ਵੇਲੇ ਮੈਂ ਵਿਦਿਆਰਥੀ ਜੀਵਨ 'ਚ ਜਲੰਧਰ ਹੁੰਦਾ ਸੀ ਅਤੇ ਅਜੀਤ ਅਤੇ ਨਵਾਂ ਜ਼ਮਾਨਾ ਦੀ ਕੰਧ ਸਾਂਝੀ ਆ, ਤੋ ਨਵੇਂ ਜ਼ਮਾਨੇ ਅਸੀਂ ਕਾਲਜ ਦੇ ਸਟੂਡੈਂਟ ਜਾ ਕੇ ਪ੍ਰੂਫ ਰੀਡਿੰਗ ਲਈ ਹੈਲਪ ਕਰਦੇ ਹੁੰਦੇ ਸੀ ਅਤੇ ਵੱਡੇ ਹਮਦਰਦ ਸਾਹਿਬ ਸਾਧੂ ਸਿੰਘ ਹਮਦਰਦ ਜੀ ਦੇ ਦਰਸ਼ਨ ਹੁੰਦੇ ਸੀ, ਕਿਉਂਕਿ ਸਰਦਾਰ ਜਗਜੀਤ ਸਿੰਘ ਰਾਮ ਦੇ ਨਾਲ ਦੇ ਗੁਆਂਢੀ ਵੀ ਸੀਗੇ ਅਤੇ ਪੱਤਰਕਾਰੀ ਦੇ ਕੱਦ ਵੀ ਵੱਡੇ, ਤਾਂ ਉਸ ਵੇਲੇ ਅਸੀਂ ਬੜੇ ਰੀਝ ਦੇ ਨਾਲ ਉਹਨੂੰ ਦੇਖਣਾ। ਫਿਰ ਸਰਦਾਰ ਬਲਜਿੰਦਰ ਸਿੰਘ ਹਮਦਰਦ ਦੀ ਆਮਦ ਹੁੰਦੀ ਆ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਐਡੀਟਰ ਜਦੋਂ ਬਣਦੇ ਆ, ਤਾਂ ਪੰਜਾਬ ਦੇ ਵਿੱਚ ਬੜੀ ਖਿੱਚ ਹੁੰਦੀ ਹੈ ਪੰਜਾਬੀ ਟ੍ਰਿਬਿਊਨ ਦੀ। ਉਸ ਤੋਂ ਬਾਅਦ ਦੇਖੋ ਹੁਣ ਅਜੀਤ, ਅਤੇ ਬੜਾ ਲੰਬਾ ਸਫ਼ਰ ਆ। ਅੱਜ ਉਹਨਾਂ ਦਾ ਜਨਮ ਦਿਨ, ਇਸ ਜਨਮ ਦਿਨ 'ਤੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸ਼੍ਰੀ ਸਤਵੀਰ ਸਿੰਘ ਪੱਲੀ ਚੱਕੀ ਅਤੇ ਜ਼ਿਲ੍ਹਾ ਇੰਚਾਰਜ ਜਿਹੜੇ ਆ ਅਜੀਤ ਦੇ ਜਸਵੀਰ ਸਿੰਘ ਨੂਰਪੁਰ, ਉਹਨਾਂ ਨੇ ਕਿਹਾ ਵੀ ਅਸੀਂ ਖੂਨਦਾਨ ਕਰਨਾ ਔਰ ਟ੍ਰੀ ਪਲਾਂਟੇਸ਼ਨ ਕਰਕੇ ਅਸੀਂ ਆ ਰਹੇ ਹਾਂ। ਹਰਿੰਦਰ ਹੋਣੀ ਮੈਨੂੰ ਕੱਲ੍ਹ ਦੇ ਸੰਪਰਕ ਕਰ ਰਹੇ ਸੀ, ਕਹਿੰਦੇ ਅਸੀਂ ਸਵੇਰੇ ਕਿੰਨੇ ਵਜੇ ਪਹੁੰਚੀਏ, ਅਸੀਂ ਬਲੱਡ ਬੈਂਕ ਜਿਹੜਾ ਸਾਡਾ ਉਹ 9 ਵਜੇ ਸਟਾਫ ਆ ਜਾਂਦਾ, ਤੋਂ ਕੈਂਪ ਦੇ ਵਿੱਚ ਹੁਣ ਸਾਰੇ ਹੀ ਖੂਨਦਾਨ ਕਰਨ ਲਈ ਬੜੀ ਸ਼ਰਧਾ ਹੈ। ਨਾਲ ਜਿਹੜਾ 13-13 ਇੱਥੇ ਗਰੀਬਾਂ ਲਈ ਇੱਕ ਫੰਡ ਬਣਿਆ ਹੋਇਆ, ਉਹਦੇ ਵਿੱਚ ਵੀ ਸ਼ਮੂਲੀਅਤ ਹੋ ਰਹੀ ਹੈ। ਡਾਕਟਰ ਹਮਦਰਦ ਜੀ ਦੇ ਨਾਮ ਦੇ ਉੱਤੇ ਸਤਵੀਰ ਪੱਲੀ ਚੱਕੀ ਜੀ ਨੇ ਬਹੁਤ ਵੱਡੀ ਸੇਵਾ ਦਿੱਤੀ ਹੈ। ਸੋ ਮੈਂ ਇਸ ਵੇਲੇ ਵਧਾਈਆਂ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢਿਆ। ਦਿਨੇਸ਼ ਹੋਣੀ ਆਪਣਾ ਬੜਾ ਪ੍ਰਸਿੱਧ PB32 ਮੀਡੀਆ ਦੇ ਨਾਲ ਕਵਰ ਕਰਨ ਲਈ ਪਹੁੰਚੇ ਆ, ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ BDC ਵੱਲੋਂ। ਮੈਂ ਦੋ ਸ਼ਬਦ ਟੀਮ ਲੈ ਚਾਹਾਂਗਾ ਇਹਨਾਂ ਦੀ, ਜਿਹੜੀ ਨਵਾਂ ਸ਼ਹਿਰ ਤੋਂ ਟੀਮ ਹੈ ਅਜੀਤ ਪੱਤਰਕਾਰਾਂ ਦੀ, ਜਿਹੜੇ ਸਾਥੀ ਨੇ। ਦੇਖੋ ਅੱਜ ਕੱਲ੍ਹ ਜਿਹੜਾ ਜ਼ਮਾਨਾ ਕਿ ਬੜੀ ਜਲਦੀ ਜਿਹੜੇ ਆ ਲੋਕ ਸਵਿੱਚ ਕਰ ਜਾਂਦੇ ਆ ਪ੍ਰਾਈਵੇਟ ਸੈਕਟਰ ਦੇ ਅੰਦਰ, ਹੈ ਤਾਂ ਅਜੀਤ ਵੀ ਪ੍ਰਾਈਵੇਟ ਸੈਕਟਰ ਹੀ ਆ ਪਰ ਸਾਲਾਂ ਬੱਧੀ ਕੰਮ ਕਰ ਰਹੇ ਆ। ਕਰਮ ਸਾਹਿਬ ਦੀ ਗੱਲ ਕਰ ਲਈ, ਅਸੀਂ ਬਚਪਨ ਤੋਂ ਇਹਨਾਂ ਦੀ ਰਚਨਾਵਾਂ ਪੜ੍ਹਦੇ ਆ ਰਹੇ, ਨੂਰਪੁਰ ਸਾਹਿਬ ਦੀਆਂ, ਹੋਰ ਵੀ ਜਿਹੜੇ ਸੀਨੀਅਰ ਪੱਤਰਕਾਰ ਇੱਥੇ ਮੌਜੂਦ ਨੇ, ਮਤਲਬ ਇੰਨਾ ਪਿਆਰ ਇੱਕ ਦੂਜੇ ਨਾਲ ਮੇਲ ਮਿਲਾਪ ਟੁੱਟੇ ਨਹੀਂ, ਜਦੋਂ ਜੁੜੇ ਆ ਟੁੱਟੇ ਨਹੀਂ ਆ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਹਾਂ, ਇਹ ਐਕਚੁਅਲੀ ਮੈਂ ਕਹਿੰਦਾ ਇਹ ਖੂਨ ਦੇ ਵਿੱਚ ਅਸਰ ਹੁੰਦਾ ਆ। ਜਦੋਂ ਆਦਮੀ ਜਿਹੜੇ ਆਪਣੇ ਵਿੱਤੀ ਜਿਹੜੇ ਹਿੱਤ ਆ ਨਾ, ਆਰਥਿਕ ਬਲਜਿੰਦਰ ਸਿੰਘ ਹਮਦਰਦ ਸਾਹਿਬ ਦਾ ਖੂਨ ਇੱਧਰ ਤਾਂ ਨਹੀਂ ਚੜ੍ਹ ਗਿਆ ਜੀ? ਉਹ ਭਾਜੀ ਬਲਜਿੰਦਰ ਸਿੰਘ ਹਮਦਰਦ ਦੇ ਨਾਲ ਹੀ ਭਾਜੀ ਸ਼ਬਦ ਲੱਗਿਆ ਮੇਰੇ ਖਿਆਲ ਆ, ਵੀ ਜਿੱਥੇ ਵੀ ਕਿਤੇ ਸੁਣਦੇ ਹਾਂ ਤਾਂ ਭਾਜੀ ਬਲਜਿੰਦਰ ਸਿੰਘ ਹਮਦਰਦ, ਉਹ ਜਿਹੜਾ ਸ਼ਬਦ ਹੈ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਪੰਜਾਬੀ ਪੱਤਰਕਾਰੀ ਦੇ ਵਿੱਚ, ਤਾਂ ਉਹ ਜਿਹੜੀ ਖਿੱਚ ਆ ਮੇਰਾ ਖਿਆਲ ਹੈ ਉਹਦੇ ਕਰਕੇ ਇਹ ਜਿਹੜੇ ਸਾਰਾ ਭਾਈਚਾਰਾ ਅਜੀਤ ਦੇ ਜਿੰਨੇ ਵੀ ਸਮੂਹ ਦੇ ਪੱਤਰਕਾਰ ਭਾ ਕਹਿੰਦੇ ਵੱਡੇ ਨੂੰ ਤਾਂ ਜੀ ਸਤਿਕਾਰ, ਬਿਲਕੁਲ ਉਹ ਇਸ ਕਰਕੇ ਉਹ ਖਿੱਚ ਜਿਹੜੀ ਆ ਨਾ ਉਹ ਇਹਨਾਂ ਨੂੰ ਲਈ ਫਿਰਦੀ ਆ, ਅਤੇ ਦੀਵਾਨੇ ਹੋਏ ਨੇ ਅੱਜ ਸਵੇਰ ਦੇ ਇਹ, ਕਦੇ ਪਲਾਂਟੇਸ਼ਨ ਹੋ ਰਹੀ ਆ, ਕਦੇ ਖੂਨਦਾਨ ਕੈਂਪ ਲੱਗ ਰਿਹਾ, ਹਦਾਇਤਾਂ ਤਾਂ ਕੋਈ ਨਹੀਂ ਹੈ ਉੱਪਰੋਂ, ਇਹ ਕਿਹੜਾ ਸਰਕਾਰ ਹੈ ਕਿ ਤੋਂ ਆਰਡਰ ਆਇਆ, ਕੁਝ ਇਹ ਤਾਂ ਕੋਈ ਭਾਜੀ ਹਮਦਰਦ ਦੀ ਕੋਈ ਚਿੱਠੀ ਆਈ, ਕਹਿੰਦੇ ਰੰਗ ਚੜ ਗਿਆ, ਰੂਹ ਦਾ ਪਿਆਰ ਹੈ ਜੀ, ਇਹ ਬਿਲਕੁਲ ਰੰਗ ਹੈ ਜੀ। ਵੱਡੇ ਭਾਜੀ, ਵੱਡੇ ਭਾਜੀ ਸਰਦਾਰ ਬਲਜਿੰਦਰ ਸਿੰਘ ਹਮਦਰਦ ਜੀ ਨੂੰ ਮੈਂ ਸੁਰਿੰਦਰ ਸਿੰਘ ਕਰਮ ਲੁਧਿਆਣਾ ਉਹਨਾਂ ਦੇ ਪਿਆਰ ਦੇ ਵਿੱਚ ਲੇਖਕ ਬਣਿਆ, ਉਹਨਾਂ ਨੇ ਮੈਨੂੰ ਪੜ੍ਹਾਇਆ ਲੇਖਕ, ਮੈਂ ਵਧਾਈ ਦਿੰਦਾ ਉਹਨੂੰ ਜਨਮ ਦਿਨ ਦੀ। ਅਤੇ ਅੱਜ ਜਿਹੜਾ ਇੱਥੇ ਬਲੱਡ ਕੈਂਪ ਲੱਗਾ ਹੈ ਇਹਦੇ ਲਈ ਵਧਾਈ ਹੈ ਸਾਡੇ ਇੰਚਾਰਜ ਜ਼ਿਲ੍ਹਾ ਜਸਵੀਰ ਸਿੰਘ ਨੂਰਪੁਰ, ਬਾਕੀ ਬਲੱਡ ਬੈਂਕ ਵਾਲੇ ਜਿਹੜੇ ਭਾਜੀ ਗਿੱਧਾ ਸਾਹਿਬ, ਡਾਕਟਰ ਸਾਹਿਬ, ਭਾਈ ਸਤਵੀਰ ਸਿੰਘ ਪੱਲੀ ਚੱਕੀ ਜਿਹੜੇ ਸਪੈਸ਼ਲ ਸਾਨੂੰ ਹੱਲਾ ਸ਼੍ਰੀ ਦੇਣ ਆਏ ਆ, ਖੂਨਦਾਨ ਵੀ ਕੀਤਾ ਹੈ, ਮੈਂ ਬਹੁਤ ਬਹੁਤ ਵਧਾਈ ਦਿੰਦਾ ਅਤੇ ਸਭ ਨੂੰ। ਇਹ ਵੈਸੇ ਵੱਡੀ ਗੱਲ ਹੀ ਨਹੀਂ, ਤਾਂ ਆਮ ਤੌਰ 'ਤੇ ਜਿਹੜੇ ਆਉਂਦੇ ਹੁੰਦੇ ਉੱਗੀ ਸ਼ਖਸੀਅਤ ਉਹ ਆ ਕੇ ਇੱਕ ਬਿੱਲਾ ਲਾ ਕੇ ਫੋਟੋ ਖਿਚਾ ਕੇ ਚੱਲਦੇ ਭਾਜੀ, ਜੋ ਨਾ ਜਾ ਕੇ ਨਾ ਮਿਲਦੇ ਆ ਬੰਦੇ ਨੂੰ ਉੱਥੇ ਆਪਣੇ ਦਫ਼ਤਰ ਵਿੱਚ, ਉਹ ਪਿਆਰ ਬੰਦਾ ਕਦੇ ਭੁੱਲ ਨਹੀਂ ਸਕਦਾ, ਔਰ ਉਹ ਪਿਆਰ ਹੀ ਭਾਜੀ ਨੂੰ
ਸਾਰਿਆਂ ਨੂੰ ਆਪਾਂ ਇੱਥੇ ਬੰਨ ਕੇ ਲੈ ਕੇ ਆਇਆ। ਮੈਂ ਚੀਜ਼ ਹੋਰ ਦਿਖਾਉਣਾ ਚਾਹੁੰਦਾ ਜਿਹੜੇ ਸਾਡੇ ਪਰਿਵਾਰਕ ਮੈਂਬਰ ਆ, ਦੇਖੋ ਅੱਜ ਕੱਲ੍ਹ ਪੱਤਰਕਾਰੀ ਥੋੜ੍ਹੀ ਅਲੱਗ ਹੋ ਗਈ, ਥੋੜ੍ਹੀ ਫੈਸ਼ਨ ਹੋ ਗਈ, ਸਾਡੇ ਇੱਥੇ ਟੈਗ ਲੱਗਾ ਜਿੰਨੇ ਬਾਕੀ ਪੱਤਰਕਾਰ ਨੇ ਸਾਰਿਆਂ ਤੁਹਾਨੂੰ ਪੈੱਨ ਨਜ਼ਰ ਆਏਗਾ ਜੀ, ਇਹ ਹੁੰਦੀ ਲੇਖਕਾਂ ਦੀ ਨਿਸ਼ਾਨੀ। ਦੇਖੋ ਦੋ ਦੋ ਪੈੱਨ ਹੈ ਇਹਨਾਂ ਦੀ, ਤਾੜੀਆਂ ਵਾਜੀ, ਦੇਖੋ ਪੂਰਾ ਜੀਵਨ ਜਿਹੜਾ ਪੱਤਰਕਾਰੀ ਨੂੰ ਦੇ ਦਿੱਤਾ। ਇਹ ਲੋਕਾਂ ਦਾ ਪਿਆਰ ਹੈ ਜੀ ਅਜੀਤ ਨਾਲ, ਜਿਹੜਾ ਜਿਹੜਾ ਸਾਡੇ ਰਾਹੀਂ ਪ੍ਰਗਟ ਹੋ ਰਿਹਾ ਲੋਕਾਂ ਪ੍ਰਤੀ, ਅਤੇ ਅਸੀਂ ਉਹ ਸਾਰੇ ਸੰਸਾਰ ਦੇ ਸੱਚ ਦੀ ਸਾਰੇ ਜਹਾਨ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਅਜੀਤ ਨਾਲ ਜੁੜੇ ਹੋਏ ਨੇ, ਸਾਡੀ ਅਜੀਤ ਨੂੰ ਇੰਨਾ ਪਿਆਰ ਕਰਦੇ ਨੇ, ਅਤੇ ਸਾਨੂੰ ਜਦੋਂ ਮਨਾਮੋਹੀ ਪਿਆਰ ਮਿਲਦਾ ਹੈ। ਅਤੇ ਮੈਂ ਬਹੁਤ ਰਿਣੀ ਹਾਂ ਇਸ ਗੱਲ ਦੇ ਲਈ ਭਾਅ ਜੀ ਦਾ, ਜਿਹਨਾਂ ਨੇ ਮੈਨੂੰ ਜੀਵਨ ਦਾਨ ਦਿੱਤਾ, ਮੇਰੇ ਲੇਖਣੀ ਨੂੰ, ਮੇਰੇ ਕਰਮ ਨੂੰ ਜੀਵਨ ਦਿੱਤਾ, ਭਾਅ ਜੀ ਰੈਕੋਗਨਾਈਜ਼ ਕੀਤਾ ਭਾਅ ਜੀ ਨੇ ਕਰਾਇਆ ਮੈਨੂੰ, ਜਿਹਦੇ ਕਰਕੇ ਵੱਡਿਆਂ ਵੱਡਿਆਂ ਲੋਕਾਂ ਦਾ, ਵੱਡੇ ਵੱਡੇ ਪਿਆਰਿਆਂ ਲੋਕਾਂ ਦਾ ਪਿਆਰ ਮਿਲਦਾ। ਜਦੋਂ ਸਤਵੀਰ ਭਾਅ ਜੀ ਕਹਿੰਦੇ ਆ ਨਾ ਵੀ ਯਾਰ ਤੂੰ ਵਧੀਆ ਲਿਖਦਾ ਆ, ਬਸ ਇਹੀ ਮੇਰਾ ਇਨਾਮ ਹੁੰਦਾ ਆ। ਜਦੋਂ ਗਿੱਧਾ ਸਾਹਿਬ ਕਹਿੰਦੇ ਆ ਵੀ ਅੱਜ ਪੜ੍ਹਿਆ ਤੈਨੂੰ, ਇਹ ਇਹ ਪਿਆਰ ਭਾਅ ਜੀ ਨੇ ਮੈਨੂੰ ਦਵਾਇਆ ਲੋਕਾਂ ਤੋਂ, ਸੋ ਮੈਂ ਧੰਨਵਾਦ ਕਰਦਾ ਜੀ, ਬਹੁਤ ਬਹੁਤ ਧੰਨਵਾਦ ਕਰਦਾ ਜੀ ਇਸ ਗੱਲ 'ਤੇ। ਐਕਚੁਅਲੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਜੀ, ਇਹ ਜਿਹੜੇ ਜਿੰਨੇ ਵੀ ਸਾਥੀ ਹੈ ਇਹਨਾਂ ਨੂੰ ਭਾਅ ਜੀ ਕਹਿਣ ਦਾ ਹੱਕ ਹੈ, ਔਰ ਉਹ ਵੀ ਪਿਆਰ ਭਾਅ ਜੀ ਛੋਟੇ ਭਰਾਵਾਂ ਵਾਲੇ ਕਰਦੇ ਹੈ, ਔਰ ਇੱਕ ਇਹ ਜਿਹੜੀ ਟੀਮ ਹੈ ਇਹਨਾਂ ਦੇ ਵਿੱਚ ਜਿਹੜਾ ਰਿਸ਼ਤਾ ਹੈ, ਰਿਲੇਸ਼ਨ ਹੈ, ਉਹ ਇੰਪਲਾਈ ਵਾਲਾ ਨਹੀਂ ਹੈ, ਵਰਕਰ ਵਾਲਾ ਨਹੀਂ ਹੈ, ਇਹਨਾਂ ਦੀ ਇੱਕ ਟੀਮ ਜਿਹੜੀ ਆ ਉਹਦੇ 'ਚ ਰਿਸ਼ਤਾ ਭਰਾਵਾਂ ਵਾਲਾ ਹੀ ਹੈ, ਸੋ ਇਸੇ ਕਰਕੇ ਜਿਹੜਾ ਦਾਰਾ ਤਰੱਕੀ ਕਰਦਾ। ਔਰ ਇਹ ਸਾਰੇ ਜਿੰਨੇ ਸਾਥੀ ਹੈ ਪੱਤਰਕਾਰ ਸਾਹਿਬਾਨ, ਉਹ ਸਰ ਮਨਜਿੰਦਰ ਸਿੰਘ ਹਮਦਰਦ ਨੂੰ ਆਪਣਾ ਬੜਾ ਭਰਾ ਹੀ ਸਮਝਦੇ ਆ, ਨਾ ਕਿ ਆਪਣੇ ਮਾਲਕ ਸਮਝਦੇ ਆ, ਔਰ ਸਾਰਿਆਂ ਨੂੰ ਹੱਕ ਹੈ ਜਾ ਕੇ ਸਿੱਧੀ ਗੱਲ ਕਰਨ ਦਾ, ਔਰ ਉਹ ਵੀ ਪਿਆਰ ਦਿੰਦੇ ਆ, ਪਿਆਰ ਕਰਦੇ ਆ, ਔਰ ਇਸੇ ਕਰਕੇ ਜਿਹੜੀ ਅਜੀਤ ਅਖਬਾਰ ਹੈ ਉਹਨੂੰ ਇਹ ਦਿਲੋਂ ਜੁੜੇ ਹੈ, ਉਹ ਭਾਅ ਜੀ ਨਾਲ ਦਿਲੋਂ ਜੁੜੇ ਹੈ, ਔਰ ਆਪਾਂ ਅਜੀਤ ਅਖਬਾਰ ਬਾਰੇ ਇਹ ਵੀ ਕਹਿ ਸਕਦੇ ਹਾਂ ਕਿ ਨਿਰਪੱਖ ਸੋਚ ਅਤੇ ਨਿਰਪੱਖ ਬਿਨਾਂ ਕਿਸੇ ਡਰ ਵੀ ਕਹਿ ਡਰ ਬਿਨਾਂ, ਉਹ ਹੁਣ ਜੇ ਇਹਨਾਂ ਹਾਲਾਤਾਂ 'ਚ ਕਿਹਾ ਜਾਵੇ ਤਾਂ ਉਹ ਬਿਲਕੁਲ ਪ੍ਰੂਵ ਹੋ ਗਿਆ ਕਿ ਪੰਜਾਬ ਦੇ ਵਿੱਚ ਸ਼ਾਇਦ ਬਹੁਤ ਘੱਟ ਅਖਬਾਰਾਂ ਹੁੰਦੀਆਂ, ਬਹੁਤ ਘੱਟ ਚੈਨਲ ਹੁੰਦੇ ਆ ਜਿਹੜੇ ਨਡਰ ਹੋ ਕੇ ਚੱਲਦੇ ਆ। ਪੀਬੀ 32 ਵੀ ਉਹਦੀ ਮਿਸਾਲ ਹੈ, ਅਤੇ ਅਸੀਂ ਅਜੀਤ ਅਖਬਾਰ ਵੀ ਉਹਦੀ ਮਿਸਾਲ ਹੈ। ਮੈਂ ਦਿਨੇਸ਼ ਸੂਰੀ ਜੀ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ, ਚਾਹੇ ਕੋਈ ਸੜਕ ਦਾ, ਚਾਹੇ ਕੋਈ ਹੋਰ ਇਸ਼ੂ ਹੋਵੇ, ਚਾਹੇ ਕੋਈ ਲੋਕਾਂ ਨਾਲ ਜੁੜਿਆ ਇਸ਼ੂ ਹੋਵੇ ਜਿੱਥੇ ਪਬਲਿਕ ਨੂੰ ਪ੍ਰੋਬਲਮ ਹੁੰਦੀ ਹੈ, ਉੱਥੇ ਚਾਹੇ ਰਾਤ ਹੋਵੇ, ਦਿਨ ਹੋਵੇ, ਜਿੱਦਾਂ ਦਾ ਵੀ ਟਾਈਮ ਹੋਵੇ, ਇਹ ਜੇ ਪੀਬੀ 32 ਨਵਾਂ ਸ਼ਹਿਰ ਅੱਜ ਬੁਲੰਦੀਆਂ ਦੇ ਤਾਂ ਉਹ ਇਸੇ ਕਰਕੇ ਹੈ ਕਿ ਇਹ ਨਿਰਪੱਖ ਹੋ ਕੇ ਹਰ ਕਿਸੇ ਦੀ ਗੱਲ ਕਰਦੇ ਆ, ਆਵਾਜ਼ ਚੱਕਦੇ ਆ, ਔਰ ਬਹੁਤ ਮਿਹਨਤ ਕਰਦੇ। ਸੋ ਇਹਨਾਂ ਤੋਂ ਪੀਬੀ 32 ਤੋਂ ਮੈਂ ਵੀ ਕਹਿਣਾ ਚਾਹੁੰਦਾ ਕਿ ਅਫਸਰ ਵੀ ਅਤੇ ਲੀਡਰ ਵੀ ਡਰਨ ਲੱਗ ਗਿਆ। ਨਹੀਂ ਐਕਚੁਅਲੀ ਨਾ ਤੁਹਾਡੀ ਸ਼ਰਟ 'ਤੇ ਤਾਂ ਓਰੀਜਨਲ ਲਿਖਿਆ, ਆਪਾਂ ਓਰੀਜਨਲ ਰਹਿਣ ਦੀ ਕੋਸ਼ਿਸ਼ ਕਰੀ ਦੀ ਆ। ਜਸਵੀਰ ਸਿੰਘ ਨੂਰਪੁਰ ਸਾਹਿਬ ਦੀ ਸਾਡੇ ਇੰਚਾਰਜ ਜਿਹੜੇ ਉਪ ਦਫ਼ਤਰ ਦੇ, ਇਹਨਾਂ ਦੀ ਅਗਵਾਈ ਵਿੱਚ ਜਿਹੜਾ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ, ਇਹਦੇ ਵਿੱਚ ਗੱਲ ਚੱਲੀ ਆ ਕਿ ਸਿਆਸਤਦਾਨ ਦਾ ਖੂਨ ਹੈ ਜਾਂ ਕਿਸ ਤਰ੍ਹਾਂ। ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹਾਂਗਾ, ਖੂਨ ਜਿਹੜਾ ਆ ਉਹ ਮਨੁੱਖ ਦਾ ਆ, ਉਹਦਾ ਰੰਗ ਇੱਕੋ ਹੀ ਆ, ਚਾਹੇ ਉਹ ਸਿਆਸਤਦਾਨ ਹੈ, ਚਾਹੇ ਧਾਰਮਿਕ ਜਾਂ ਕਿਸੇ ਵੀ ਹੋਰ ਖੇਤਰ ਵਿੱਚ ਹੈ। ਜੇ ਅੱਜ ਅਸੀਂ ਇੱਥੇ ਖੂਨਦਾਨ ਕੀਤਾ, ਉਹ ਪਤਾ ਨਹੀਂ ਕਿਹੜੇ ਲੋੜਵੰਦ ਨੂੰ ਉਹਨੇ ਜੀਵਨ ਦਾਨ ਦੇਣਾ, ਕਿਹੜੇ ਜਾਤ, ਕਿਹੜੇ ਮਜ਼ਹਬ, ਕਿਹੜੇ ਵਰਗ, ਕਿਹੜੇ ਖੇਤਰ ਦੇ ਪ੍ਰਾਣੀ ਦੀਆਂ ਰਗਾਂ ਵਿੱਚ ਉਹਨੇ ਜਾ ਕੇ ਨਵਾਂ ਜੀਵਨ ਦਾਨ ਦੇਣਾ, ਰਗਾਂ ਵਿੱਚ ਦੌੜਨਾ। ਸੋ ਖੂਨਦਾਨ ਜਿਹੜਾ ਆ ਉਹ ਮਹਾਂਦਾਨ ਵੀ ਆ, ਅਤੇ ਖੂਨ ਦਾ ਰੰਗ ਕਹਿੰਦੇ ਆ ਉਹ ਫਿੱਕਾ ਨਹੀਂ ਪੈਣਾ ਚਾਹੀਦਾ, ਖੂਨ ਪਾਣੀ ਨਹੀਂ ਬਣਨਾ ਚਾਹੀਦਾ, ਖੂਨ ਖੂਨ ਹੀ ਹੈ। ਸੋ ਇਸ ਕਰਕੇ ਖੂਨ ਦੀ ਜਿਹੜੀ ਮਹੱਤਤਾ ਆ ਉਹ ਜੀਵਨ ਦੇ ਵਿੱਚ ਬਹੁਤ ਵੱਡੀ ਆ, ਅਤੇ ਅਸੀਂ ਬਲੱਡ ਡੋਨੇਸ਼ਨ ਕੌਂਸਲ ਦੇ ਵੀ ਬਹੁਤ ਧੰਨਵਾਦੀ ਹਾਂ, ਅਤੇ PB32 ਚੈਨਲ ਦੇ ਸਾਡੇ ਛੋਟੇ ਵੀਰ ਜਿਹੜੇ ਅਜੀਤ ਅਦਾਰੇ ਦੇ ਵਾਂਗ ਹੀ ਨਿਧੜਕ ਹੋ ਕੇ ਜਿਹੜਾ
ਲੋਕਾਂ ਦੇ ਮੁੱਦਿਆਂ ਨੂੰ ਉਭਾਰਦੇ ਆ। ਸੋ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਸ ਮੈਂ ਗੱਲ ਨੂੰ ਖਤਮ ਕਰਨ ਲੱਗਾ ਜੀ, ਕਿਉਂਕਿ ਤੂੰ ਕਹਿੰਦੇ ਕਿ ਪਿਆਰ ਮੁਹੱਬਤ ਦਾ ਇੱਕ ਅਲੱਗ ਹੀ ਰਿਸ਼ਤਾ ਹੁੰਦਾ ਹੈ, ਉੱਧਰ ਡੈਡੀਕੇਟ ਕਰਕੇ ਪਿਆਰ ਮੁਹੱਬਤ ਦਾ ਇੱਕ ਅਲੱਗ ਹੀ ਰਿਸ਼ਤਾ ਹੁੰਦਾ ਹੈ, ਵੱਡਾ ਭਰਾ ਭਰਾ ਨਹੀਂ ਫਰਿਸ਼ਤਾ ਹੁੰਦਾ। ਬਹੁਤ ਸ਼ੁਕਰੀਆ।